कुत्ता गवांडियां दे घर चले जाते दोवां धिरां विच होए झगड़े ने उस वेले भयानक रूप धारण कर लिया जदों रात समय एक धिर ने दूजी धिर ते इट्टां रोड़ियां नाल हमला करके दो व्यक्तियों नूं गंभीर जख्मी कर दिता। उत्थे ही घर तों बाहर खड़े मोटरसाइकलों विचों एक नूं अग लगा दित्ती अते दूजे की भन तोड़ की गई। इस झगड़े विच एक धिर दे दो व्यक्ति अते दूजी धिर दीआं दो औरतां जख्मी होईआं हन जिन्हां नूं इलाज दे लई पातड़ां दे सरकारी हस्पताल विच भर्ती करवाया गया है। जिन्हां दे बयानां दे आधार ते कार्रवाई कीते जाण दी गल पुलिस वल्लों कही जा रही है। ਕੀ ਤੁਹਾਡਾ ਝਗੜਾ ਹੋਇਆ? ਮੇਰਾ ਨਾਮ ਭਿੰਦਰ ਰਾਮ ਹੈ ਜੀ, ਪਿੰਡ ਛਤਰਾਣਾ ਹੈ ਜੀ। ਠੀਕ ਹੈ ਜੀ, ਇੱਥੇ ਕੰਮ ਕੀ ਕਰਦੇ ਹੋ? ਪਾਤਨਾ ਆਪਣਾ ਸੈਲੂਨ ਹੈ ਜੀ। ਠੀਕ ਹੈ ਜੀ, ਇੱਥੇ ਕੰਮ ਕਰਦੇ ਹਾਂ ਜੀ। ਇੱਥੋਂ ਹੁਣ ਅਸੀਂ ਗਏ ਹਾਂ ਜੀ, ਆਹ ਮੁੰਡੇ ਨੂੰ ਜੀ ਮੈਂ ਲੈ ਕੇ ਗਿਆ ਨਾਲ, ਮੈਨੂੰ ਛੱਡਣ ਗਿਆ ਜੀ। ਠੀਕ ਹੈ ਜੀ, ਘਰ ਬੈਠੇ ਹਾਂ ਅਸੀਂ ਅਤੇ ਪਾਣੀ ਪੂਣੀ ਪੀ ਰਹੇ ਸੀ ਜੀ। ਪਤਾ ਹੀ ਨਹੀਂ ਸਾਨੂੰ ਲੱਗਿਆ ਬਾਹਰੋਂ ਮੁੰਡੇ ਇੱਟਾਂ ਮਾਰਨ ਲੱਗ ਗਏ ਜੀ, ਫਿਰ ਅਸੀਂ ਅੰਦਰ ਵੜ ਗਏ ਜੀ। ਫਿਰ ਬਾਹਰ ਸਾਡੀ ਬਾਈਕ ਖੜੀ ਸੀ ਜੀ। ਠੀਕ ਹੈ ਜੀ, ਉਹ ਬਾਈਕ ਪਰਾ ਰੋਡ 'ਤੇ ਲੈ ਕੇ ਗਏ ਜੀ। ਉੱਥੇ ਜਾ ਕੇ ਉਹਨਾਂ ਨੇ ਬਾਈਕ ਫੂਕਤੀ, ਨਾਲੇ ਮੇਰੇ ਸੱਟਾਂ ਮਾਰੀਆਂ ਜੀ, ਨਾਲੇ ਮੇਰੇ ਨਾਲ ਦਾ ਜਿਹੜਾ ਮੁੰਡਾ ਮੈਨੂੰ ਛੱਡਣ ਆਇਆ ਸੀ ਜੀ ਉਹਦੇ ਮਾਰੀਆਂ ਸੱਟਾਂ ਜੀ। ਝਗੜਾ ਤਾਂ ਕੋਈ ਐਡਾ ਹੈ ਵੀ ਨਹੀਂ ਸੀ ਜੀ। ਝਗੜਾ ਤਾਂ ਇਹ ਸੀ ਜੀ, ਕੁੱਤੇ ਦਾ ਸੀ ਜੀ ਬਸ। ਕੁੱਤਾ ਹੁਣ ਛੋਟਾ ਜਿਹਾ ਬੱਚਾ ਹੈ ਜੀ, ਠੀਕ ਹੈ ਜੀ, ਰੱਖਿਆ ਹੋਇਆ ਫਾਲਤੂ ਕੁੱਤਾ ਜੀ, ਅਤੇ ਉਹ ਉਹਨਾਂ ਦੇ ਘਰ ਜਾ ਵੜਿਆ ਹੋਣਾ ਜੀ। ਠੀਕ ਹੈ ਜੀ, ਨਾਲ ਹੀ ਹੈ ਜੀ ਘਰ ਬਸ। ਹਾਂ, ਅਤੇ ਕੁੱਤੇ ਜਿਵੇਂ ਘਰ ਵੜਿਆ ਉਹਨਾਂ ਦੇ, ਠੀਕ ਹੈ, ਫਿਰ ਘਰਦੇ ਗਏ, ਘਰਦਿਆਂ ਨੇ ਕਿਹਾ ਵੀ ਅੱਗੇ ਤੋਂ ਬੰਨ ਕੇ ਰੱਖਿਆ ਕਰਾਂਗੇ ਕੁੱਤੇ ਨੂੰ ਵੀ, ਠੀਕ ਹੈ ਨਾ। ਅਤੇ ਉਹ ਮੁੰਡਾ ਜਿਹੜਾ ਉਹਦਾ ਮੁੰਡਾ ਸੀ ਜੀ, ਸਾਹਮਣੇ ਘਰ ਸੀ ਜਿਨ੍ਹਾਂ ਦੇ ਘਰ ਕੁੱਤਾ ਵੜਿਆ ਜੀ, ਠੀਕ ਹੈ, ਉਹਨੇ ਥੱਪੜ ਮਾਰਤਾ ਜੀ ਮਾਤਾ ਦੇ। ਠੀਕ ਹੈ ਜੀ, ਫਿਰ ਹੋਰ ਵੀ ਸੀ ਘਰਦੇ, ਉਹ ਵੀ ਗਏ ਵੀ ਕੀ ਰੋਲਾ ਪੈ ਗਿਆ। ਉਹਨਾਂ ਦੇ ਵੀ ਗਲ ਪੈਣ ਲੱਗ ਗਿਆ, ਤੀਵੀਆਂ ਦੇ ਗਲ ਪੈਣ ਲੱਗ ਗਿਆ ਉਹ ਮੁੰਡਾ ਜੀ। ਉਹਦਾ ਨਾਮ ਦੇਬਾ ਹੈ ਜੀ, ਦੇਬਾ ਹੈ ਜੀ, ਮਿਸਤਰੀ ਦਾ ਕੰਮ ਕਰਦਾ ਜੀ। ਠੀਕ ਹੈ ਜੀ, ਉਹਦੇ ਉਹਦੇ ਪਿਓ ਦਾ ਨਾਂ ਪੱਪੂ ਰਾਮ ਹੈ ਜੀ। ਨਾ ਉਦੋਂ ਨਹੀਂ ਚਲਾਏ ਜੀ ਇਹ, ਫਿਰ ਘਰ ਦੇ ਨਾ ਥਾਣੇ ਗਏ ਸੀ ਜੀ, ਠੀਕ ਹੈ ਜੀ, ਸਤਰਾਣੇ ਥਾਣੇ ਜੀ, ਠੀਕ ਹੈ, ਉੱਥੇ ਕੰਪਲੇਂਟ ਵੀ ਦੇ ਕੇ ਆਏ ਸੀ। ਠੀਕ, ਹਾਂ, ਥਾਣੇ ਜੀ, ਠੀਕ ਹੈ। ਉਹ ਫਿਰ ਆਏ ਨਹੀਂ ਜੀ, ਉਹ ਕਹਿੰਦੇ ਘੰਟੇ ਤੱਕ ਆਵਾਂਗੇ ਜਾਂ ਵੀ ਇਹ ਟਾਈਮ ਟੂਮ ਦੇ ਤਾ ਜੀ ਉਹਨਾਂ ਨੇ। ਠੀਕ ਹੈ ਜੀ, ਫਿਰ ਮੈਨੂੰ ਤਾਂ ਪਤਾ ਨਹੀਂ ਇਹਨਾਂ ਨੇ, ਨਾ ਮੈਨੂੰ ਦੱਸਿਆ ਜੀ ਫੋਨ 'ਚ ਕੀ ਗੱਲਬਾਤ ਹੋਈ ਹੈ ਜਾਂ ਕੀ ਹੈ ਜੀ। ਅਤੇ ਜਦੋਂ ਮੁੰਡਾ ਮੈਨੂੰ ਛੱਡਣ ਗਿਆ ਸੀ ਘਰ ਬੈਠੇ ਅੰਦਰ ਬਸ, ਉਹਨਾਂ ਨੂੰ ਐਂ ਲੱਗਿਆ ਹੋਣਾ ਵੀ ਪਤਾ ਨਹੀਂ ਇਹਨਾਂ ਨੇ ਮੁੰਡੇ ਬੁਲਾ ਰੱਖੇ ਨੇ ਉਹ। ਹਾਂਜੀ, ਉਹਨਾਂ ਨੇ ਫਿਰ ਕੀ, ਉਹਨਾਂ ਨੇ ਇੱਟਾਂ ਮਾਰਨ ਇੱਟਾਂ ਮਾਰੀਆਂ ਜੀ ਰੋੜੇ ਜੋ ਵੀ, ਅਤੇ ਉਹਨਾਂ ਦੇ ਹੱਥ 'ਚ ਮਾਰਨ ਲੱਗ ਗਿਆ ਸੀ, ਅੰਦਰ ਵੜ ਗਏ ਜੀ। ਠੀਕ ਹੈ, ਗੇਟ ਬੰਦ ਕਰਕੇ ਅਸੀਂ ਅੰਦਰ ਵੜ ਗਏ ਜੀ। ਠੀਕ ਹੈ, ਘਰ ਦੇ ਵੀ ਸਾਰੇ ਸ਼ੀਸ਼ੇ ਸਭ ਕੁਝ ਤੋੜਤਾ ਜੀ ਉਹਨਾਂ ਨੇ ਮਾਰ ਮਾਰ ਕੇ ਇੱਟਾਂ। ਫਿਰ ਅਸੀਂ ਸੱਟਾਂ ਤਾਂ ਇੱਕ ਤਾਂ ਜੀ ਮੇਰੇ ਲੱਗੀਆਂ ਨੇ ਜੀ। ਠੀਕ ਹੈ ਜੀ, ਅੱਗੇ ਤਾਂ ਨਹੀਂ ਆਉਂਦਾ ਤੁਹਾਡੇ ਕੋਲ, ਉਹਨੇ ਕੀ ਕੰਮ ਕੀਤਾ, ਉਹਨੂੰ ਰੱਖ ਕੇ ਥੱਪੜ ਮਾਰੀ ਮੇਰੀ ਸੱਸ ਨੂੰ, ਫਿਰ ਮੈਂ ਉਹਨੂੰ ਛਡਾਉਣ ਲੱਗੀ, ਮੈਨੂੰ ਮਾਰਨ ਲੱਗ ਗਏ, ਫਿਰ ਉਹ ਮੇਰੀ ਨਾਨਦ ਸੀ ਉਹਨਾਂ ਨੂੰ, ਮੇਰੇ ਜਵਾਕ ਸੀ ਉਹਨਾਂ ਨੂੰ ਮਾਰਨ ਲੱਗ ਗਏ। ਉਹ ਵੀ ਅਸੀਂ ਦੋ ਤਿੰਨ ਜਣੇ ਸੀਗੇ ਤਾਂ ਉਹ ਚਾਰ ਪੰਜ ਜਣੇ ਸੀਗੇ, ਉਹਨਾਂ ਨੇ ਸਾਰਿਆਂ ਨੇ ਵੀ ਸਾਨੂੰ ਕੁੱਟਣ ਲੱਗਿਆ। ਫਿਰ ਅਸੀਂ ਥਾਣੇ ਗਏ, ਥਾਣੇ ਉੱਥੇ ਕੰਪਲੇਂਟ ਲਿਖ ਕੇ ਆਇਆ ਸੀ, ਕਿਹਾ ਵੀ ਸਾਡੇ ਬੱਚਿਆਂ ਨੂੰ ਪਿੱਛੇ ਘਰੇ ਦਿੱਕਤ ਹੋ ਰਹੀ ਹੈ, ਵੀ ਉਹ ਤੁਸੀਂ ਜਾਓ ਸਾਡੇ ਨਾਲ, ਅਤੇ ਵੀ ਸਾਡੇ ਘਰ ਦਾ ਬਹੁਤ ਮਾਹੌਲ ਖਰਾਬ ਹੋ ਰਿਹਾ, ਵੀ ਕੋਈ ਬੰਦਾ ਵੀ ਮਰ ਸਕਦਾ। ਉਹ ਕਹਿੰਦੇ ਨਹੀਂ ਅਸੀਂ ਆਉਣ ਲੱਗੇ, ਤੁਸੀਂ ਜਾਓ, ਅਸੀਂ ਆਉਣ ਲੱਗਿਆਂ। ਉਹਨਾਂ ਨੇ ਆਏ ਨਹੀਂ, ਫਿਰ ਅਸੀਂ ਦੋ ਤਿੰਨ ਘੰਟੇ ਉੱਥੇ ਵੇਟ ਕਰਦੇ ਰਹੇ, ਸਾਡੇ ਘਰ ਵਿੱਚ ਇੱਟਾਂ ਰੋੜੇ, ਸਾਡੇ ਜਵਾਕਾਂ ਨੂੰ ਮਾਰਿਆ ਉਹਨਾਂ ਨੇ ਪਿੱਛੇ, ਅਸੀਂ ਥਾਣੇ 'ਚ ਸੀ ਉਦੋਂ। ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਜਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਾ ਤੁਸੀਂ ਇੰਨਾ ਕੁ ਤਾਂ ਕਰ ਲਓ ਸਾਡੇ ਨਾਲ, ਵੀ ਹਾਂ ਤੁਸੀਂ ਮਾੜਾ ਮੋਟਾ ਜਾਓਗੇ, ਉਹ ਤਾਂ ਤੁਹਾਡੇ ਤੋਂ ਡਰ ਤਾਂ ਜਾਣ ਦੇ ਕੁਛ ਨਾ ਕੁਛ, ਵੀ ਹਾਂ ਪੁਲਿਸ ਕਾਹਦੇ ਵਾਸਤੇ ਹੁੰਦੀ ਹੈ, ਵੀ ਅਸੀਂ ਆਪਣਾ ਹੱਕ ਦੇਣ ਵਾਸਤੇ, ਵੀ ਤੁਸੀਂ ਇਹ ਤਾਂ ਦੇਖੋ ਵੀ ਸਾਡੇ ਬੱਚਿਆਂ ਨੂੰ ਮਾਰਨ ਲੱਗੇ ਨੇ, ਵੀ ਤੁਸੀਂ ਸਾਡੇ ਨਾਲ ਤਾਂ ਹੋ ਕੇ ਥੋੜ੍ਹਾ ਬਹੁਤ ਉਹਨਾਂ ਨੂੰ ਦੜਕਾ ਦਿਓ ਜਾਂ ਕੁਛ ਕਹਿ ਦਿਓ। ਨਹੀਂ, ਕੋਈ ਸਪੋਰਟ ਨਹੀਂ ਕੀਤੀ ਉਹਨਾਂ ਨੇ। ਇੱਕ ਵਾਰ ਆਏ ਨੇ, ਗੇੜਾ ਲਾ ਕੇ ਐਵੇਂ ਤੁਰ ਗਏ ਨੇ, ਉਹਨਾਂ ਨੇ ਕੁਛ ਨਹੀਂ ਕਿਹਾ, ਉਹਨਾਂ ਨੂੰ ਕਿਸੇ ਗੱਲ ਪਿੱਛੇ ਵੀ ਨਹੀਂ ਉਹਨਾਂ ਨੂੰ ਕੋਈ ਗੱਲ ਕੀਤੀ। ਕਦੋਂ? ਰਾਤ ਨੂੰ। ਫਿਰ ਉਸ ਤੋਂ ਬਾਅਦ ਰਾਤ ਨੂੰ ਕਰਦੇ ਆਏ, ਘਰਦਿਆਂ ਨੂੰ ਛੱਡਣ ਆਏ, ਇਹ ਦੋ ਜਣੇ ਸੀਗੇ, ਜੀਤੂ ਸੀਗਾ ਅਤੇ ਮੇਰਾ ਘਰ ਦਾ ਹਸਬੈਂਡ ਸੀਗਾ, ਇਹ ਦੋ ਜਣੇ ਆਏ ਸੀਗੇ। ਇਹਨਾਂ ਨੇ ਵੀ ਆ ਕੇ ਮੋਟਰਸਾਈਕਲ ਖੜਾਇਆ, ਪਾਣੀ ਪੂਣੀ ਪੀਤਾ, ਇੱਕ ਹੋਰ ਮੁੰਡਾ ਵੀ ਸੀਗਾ, ਤਿੰਨ ਜਣੇ ਸੀਗੇ।
तो ये आके पानी पीता इन्होंने आके बैठे बूठे तो ना कि उन्होंने पता से भी हाँ इन्होंने घर कोई आया उन्होंने इट्टा के पासों वास करती ये पानी पीन लगे से इट्टा मारन लग गए बहुत जोर जोर दियाँ तो उन्होंने इट्टा घर पी वेड़ इतने गली पट्टा मारन लग गए तो कभी गंडासे चुक के साथ दरवाजे भन्ने असी फिर अंदर लुक गए असी अपनी जान बचाई जवाकों भी अंदर लुकाया भी हाँ भी कितने सू मार ना दे भी इन्हों का की है वह तो 40-50 बंदा सगा तो मुंडे मंगा ले उन्होंने हाकियाँ तलवारा उन्होंने को बहुत कुछ सी उन्होंने को उन्होंने तो बहुत कुछ किया साढ़े घर बारहों मुंडे मंगाए से उन्होंने गुआढ़ी तो सके तीन घर से हनुमान जड़ा है उन्होंने घर में आके बंदे उन्होंने बुलाए ने तो एक सुरजीत तो एक पप्पू उन्होंने ये तीन गुआढ़ी सारे कट्ठे रहे असं यही मांग करते हैं भी सानू इंसाफ दिता जाए साडा मोटरसाइकिल एक साड़ता है जिहड़ा साढ़े रिश्तेदार इन्हों का सीगा जिहड़े मुंडे छड्डण गए सी इन्हों का मोटरसाइकिल साड़ता है खुद साडा मोटरसाइकिल सी उह साड़ उह भी तोड़ता है बनता है उन्होंने भी साढ़े घर गेट नूं पन्ने आ साढ़े सारे शीशे बनते ने जो भी साढ़े घर वाड़ा ने 50 बंदा सीगा उस तो बाद फिर एंबूलेंस च लैके असीं इन्हां नूं घर उधर जाण लगे सी फिर ये जाण लगे सी इन्हां नूं फिर इत्थों रस्ते च फड़ के इन्हां नूं कुट्टण लगे जीतू नूं झगड़ा होया इक मोटरसाइकिल साड़िया की मैसेज मिलिया तुहानूं ते की कारवाई होई है दोनों धिरां दा आपस च लड़ाई झगड़ा होया जी ते बाकी बयान हासिल करके जो बनदी कारवाई है पड़ताल करके अपना अमल च लिया देंगे नहीं रात नू दिने नहीं दरखास्त आई है रात नू ही आई थी उदो मौके ते जाया सी ते उदो कोई गलबात नहीं बाद च लड़ाई हुई है इन्हां दी नेहा नेहा दूजी पार्टी दी दरखास्त आई है तुहाडे कोलों दोनों ने दित्ती है हुण तुहाडे कोल कारवाई की हैगी है बयान हाल लैने जी इन्हां दा लड़ाई झगड़े संबंधी बयान जिहड़ी कारवाई होगी अपना कर देंगे अमल च लियावांगे देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप हुण तुहाडा अपना अजीत हर सोशल मीडिया प्लेटफार्म दे उत्ते उपलब्ध है फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी तुहाडा अपना अजीत हुण ट्विटर ते इंस्टाग्राम दे उत्ते भी उपलब्ध है ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।